ਕਈ ਪੋਲੀਟੀਸ਼ੀਅਨ ਸਾਨੂੰ ਫੋਨ ਕਰ ਰਹੇ ਨੇ ਲਿਸਟਾਂ ਬਣਾ ਕੇ ਕਿ ਇੱਥੇ ਰਾਸ਼ਨ ਭੇਜ ਦਿਓ। ਮੈਂ ਉਹਨਾਂ ਨੂੰ ਸਖਤ ਲਫ਼ਜ਼ਾਂ 'ਚ ਤਾੜਨਾ ਕਰਦਾ, ਜਾਂ ਤਾਂ ਆਪ ਸੜਕਾਂ 'ਤੇ ਉਤਰੋ, ਨਹੀਂ ਤਾਂ ਸਾਨੂੰ ਲਿਸਟਾਂ ਨਾ ਭੇਜੋ, ਮੈਂ ਤੁਹਾਡੇ ਨਾਂ ਜਿਹੜੇ ਸਾਰੇ ਨਸ਼ਰ ਕਰ ਦੂੰਗਾ। ਹਾਂ, ਤੁਹਾਡੇ ਘਰ 'ਚ ਰਾਸ਼ਨ ਨਹੀਂ ਹੈਗਾ, ਤੁਸੀਂ ਇਮਾਨਦਾਰ ਹੋ, ਇਮਾਨਦਾਰੀ ਦੀ ਰੋਟੀ ਖਾਂਦੇ ਹੋ, ਅਤੇ ਤੁਹਾਡੇ ਘਰ 'ਚ ਮੈਂ ਰਾਸ਼ਨ ਜ਼ਰੂਰ ਪਹੁੰਚਾਊਂਗਾ, ਵੀ ਸੈਨੀਟਾਈਜ਼ ਕਰਕੇ ਪਹੁੰਚਾਊਂਗਾ। ਕਰਫਿਊ ਜਾਰੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਉੱਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਨੇ, ਕਿਉਂਕਿ ਸਰਕਾਰ ਨੇ ਕਰਫਿਊ ਤਾਂ ਲਗਾ ਦਿੱਤਾ ਹੈ, ਪਰ ਜੋ ਲੋਕ ਸਵੇਰੇ ਕਮਾਉਂਦੇ ਨੇ ਅਤੇ ਰਾਤ ਨੂੰ ਉਸ ਨਾਲ ਹੀ ਰੋਟੀ ਖਾਂਦੇ ਨੇ, ਉਹਨਾਂ ਬਾਰੇ ਕਿਉਂ ਨਹੀਂ ਸੋਚਿਆ ਗਿਆ? ਇਹ ਕਹਿਣਾ ਹੈ ਸਮਾਜ ਸੇਵੀ ਮਨਦੀਪ ਮੰਨਾ ਦਾ, ਜਿਸ ਨੇ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ। ਇਸ ਦੇ ਨਾਲ ਹੀ ਮਨਦੀਪ ਮੰਨਾ ਨੇ ਲੀਡਰਾਂ ਨੂੰ ਵੀ ਚੰਗੀ ਝਾੜ ਪਾਈ ਹੈ। ਦੋਸਤੋ, ਕੱਲ੍ਹ ਅਸੀਂ ਕਿਹਾ ਸੀਗਾ ਕਿ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਬੰਦ ਦੌਰਾਨ ਕੋਈ ਰਾਸ਼ਨ ਦੀ ਦਿੱਕਤ ਆਉਂਦੀ, ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਜਿਹੜਾ ਉਹ ਪਹੁੰਚਾਇਆ ਜਾਊਗਾ। ਸਾਨੂੰ ਤਾਂ ਇਹ ਸੀਗਾ ਕਿ 31 ਤਰੀਕ ਤੱਕ ਜਿਹੜਾ ਬੰਦ ਹੈ ਉਦੋਂ ਤੱਕ ਇਹ ਉਪਰਾਲਾ ਜਿਹੜਾ ਅਸੀਂ ਨਿਭਾਵਾਂਗੇ, ਪਰ ਰਾਤ ਮੋਦੀ ਸਾਹਿਬ ਨੇ ਇਹਨੂੰ 21 ਦਿਨ ਦਾ ਕਰ ਦਿੱਤਾ। ਔਰ ਅੱਜ ਅਸੀਂ ਜ਼ਮੀਨੀ ਪੱਧਰ ਦੇ ਉੱਤੇ ਜਿਹੜਾ ਰਾਸ਼ਨ ਵੰਡਣ ਦੀ ਇਹ ਮੁਹਿੰਮ ਸ਼ੁਰੂ ਕੀਤੀ, ਘਰ ਘਰ ਜਾ ਕੇ ਲੋਕਾਂ ਨੂੰ ਬਾਹਰ ਨਾ ਆਉਣਾ ਪਵੇ, ਕਿਉਂਕਿ ਬਾਹਰ ਨਿਕਲਣਾ ਔਖਾ ਸੀਗਾ, ਸੜਕਾਂ 'ਤੇ ਆ ਕੇ ਸਮਾਨ ਲੈਣਾ। ਔਰ ਇਹਦੇ ਨਾਲ ਨਾਲ ਇੰਨੀ ਗਰੀਬੀ ਔਰ ਇੰਨੇ ਹਾਲਾਤ ਜਿਹੜੇ ਮਾੜੇ ਸਾਹਮਣੇ ਆਏ, ਔਰ ਹਾਲਾਤ ਇੱਥੋਂ ਤੱਕ ਬਦਤਰ ਸੀਗੇ ਕਿ ਜਿਹੜੀਆਂ ਜਿਹੜੀਆਂ ਸਾਨੂੰ ਫੋਨ ਕਾਲਸ ਆਉਂਦੀਆਂ ਸੀ, ਅਸੀਂ ਇਹ ਕੋਸ਼ਿਸ਼ ਕੀਤੀ ਸੀ ਕਿ ਸਮਾਨ ਉਹਨਾਂ ਦੇ ਉੱਤੇ ਹੀ ਪਹੁੰਚਾਇਆ ਜਾਵੇ, ਪਰ ਜਦੋਂ ਅਸੀਂ ਕਿਸੇ ਵੀ ਮਹੱਲੇ ਦੇ ਵਿੱਚ ਗਏ ਹਾਂ, ਉੱਥੇ ਲੋਕਾਂ ਦੇ ਇੰਨੇ ਹਜੂਮ ਜਿਹੜੇ ਇਕੱਠੇ ਹੋਣ ਦੀ ਤਿਆਰੀ ਦੇ ਵਿੱਚ ਸੀਗੇ, ਔਰ ਲਿਟਰਲੀ ਲੋਕਾਂ ਨੇ ਸਾਨੂੰ ਗਾਲਾਂ ਤੱਕ ਗੰਦੀਆਂ ਕੱਢੀਆਂ ਕਿ ਤੁਸੀਂ ਸਾਡੇ ਲਈ ਸਮਾਨ ਕਿਉਂ ਨਹੀਂ ਲੈ ਕੇ ਆਏ, ਕਿਉਂਕਿ ਉਹਨਾਂ ਸਾਨੂੰ ਦੱਸਿਆ ਨਹੀਂ ਸੀ। ਮੈਂ ਉਹਨਾਂ ਦੀਆਂ ਗਾਲਾਂ ਦਾ ਬਿਲਕੁਲ ਗੁੱਸਾ ਨਾ ਮੈਂ ਕੀਤਾ ਅਤੇ ਨਾ ਸਾਡੀ ਟੀਮ ਨੇ ਕੀਤਾ, ਸਾਨੂੰ ਉਹਨਾਂ ਦੀਆਂ ਗਾਲਾਂ ਸੁਣ ਕੇ ਉਹਨਾਂ ਦੇ ਉੱਤੇ ਤਰਸ ਆ ਰਿਹਾ ਸੀ। ਕਾਰਨ ਕੀ ਸੀਗਾ ਕਿ ਹਾਲਾਤ ਇਹੋ ਜਿਹੇ ਬਣ ਚੁੱਕੇ, ਉਹਨਾਂ ਦੇ ਬੱਚੇ ਭੁੱਖੇ ਮਰ ਰਹੇ, ਉਹਨਾਂ ਦੇ ਘਰ 'ਚ ਰੋਟੀ ਨਹੀਂ, ਔਰ ਉਹ ਗਾਲਾਂ ਜਿਹੜੀਆਂ ਕੱਢਦੇ ਰਹੇ ਉਹ ਚਿੰਤਾ ਦੇ ਵਿੱਚ, ਅਤੇ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਇੱਕ ਬੇਭਰੋਸਗੀ ਹੈ ਕਿ ਅੱਗੋਂ ਰਾਸ਼ਨ ਆਉਣਾ ਕਿ ਨਹੀਂ ਆਉਣਾ, ਬੱਚੇ ਅੱਗੋਂ ਪੜ੍ਹਨੇ ਕਿ ਨਹੀਂ ਪੜ੍ਹਨੇ, ਉਸ ਵਜ੍ਹਾ ਦੇ ਨਾਲ ਉਹਨਾਂ ਸਾਨੂੰ ਗਾਲਾਂ ਕੱਢੀਆਂ। ਕਿਤੇ ਨਾ ਕਿਤੇ ਉਹਨਾਂ ਦੀ ਮਜਬੂਰੀ ਜਿਹੜੀ ਸਾਨੂੰ ਝਲਕਦੀ ਸੀ, ਫਿਰ ਵੀ ਪੁਲਿਸ ਪ੍ਰਸ਼ਾਸਨ ਨੇ ਸਾਡਾ, ਮੈਂ ਜ਼ਿਲ੍ਹੇ ਦੀ ਪੁਲਿਸ ਦਾ ਧੰਨਵਾਦੀ ਔਰ ਮੈਂ ਪਹਿਲੀ ਵਾਰ ਧੰਨਵਾਦ ਕਰਨ ਲੱਗਾ ਕਿ ਕਮਿਸ਼ਨਰ ਸਾਹਿਬ ਨੇ, DCP ਨੇ ਬਹੁਤ ਵਧੀਆ ਡਿਊਟੀਆਂ ਲਾਈਆਂ, ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਰੋਸ ਅਤੇ ਇੰਨੀ ਜ਼ਿਆਦਾ ਗਰੀਬੀ ਅਤੇ ਇੰਨੀ ਜ਼ਿਆਦਾ ਚਿੰਤਾ ਹੈ, ਕਿਤੇ ਨਾ ਕਿਤੇ ਪੁਲਿਸ ਵੀ ਜਿਹੜੀ ਬੇਵੱਸ ਲੱਗਦੀ ਸੀਗੀ। ਲੋਕਾਂ ਕੋਲ ਸੱਚ 'ਚ ਰੋਟੀ ਨਹੀਂ ਹੈ, ਮੇਰੀ ਗੱਲ ਮੰਨੋ, ਇਹ ਹੁਣੇ ਤੁਹਾਨੂੰ ਵੀਡੀਓ 'ਚ ਇਹਦੇ ਵਿੱਚ ਫੋਟੋਆਂ ਦੇ ਵਿੱਚ ਇਹਦੇ ਵਿੱਚ ਲੱਗ ਜਾਣੇ ਨੇ ਨਾਲ, ਔਰ ਫੋਟੋਜ਼ ਪਾਈਆਂ ਨੇ ਲੋਕਾਂ ਦੇ, ਹਾਲਾਤ ਕੀ ਨੇ, ਲੋਕ ਤੜਪ ਰਹੇ ਨੇ। ਜਿੰਨੀਆਂ ਸਾਨੂੰ ਕਾਲਜ ਆਈਆਂ, ਆਹ ਹੁਣ ਅਸੀਂ ਰਾਤ ਨੂੰ ਹੁਣ ਵਿਹਲੇ ਹੋ ਕੇ ਆਏ ਹਾਂ, 300 ਦੇ ਕਰੀਬ ਕਰੀਬ ਲੋਕਾਂ ਦੇ ਘਰਾਂ 'ਚ ਅਸੀਂ ਅੰਨ ਦੇ ਜਿਹੜੇ ਪੈਕਟ ਦੇ ਕੇ ਆਏ ਹਾਂ, ਔਰ ਬਹੁਤ ਜ਼ਿਆਦੀਆਂ ਫੋਨਸ ਕਾਲ ਆ ਰਹੀਆਂ ਨੇ, ਔਰ ਕੋਸ਼ਿਸ਼ ਹੈ ਕਿ ਉਹਨਾਂ ਤੱਕ ਕੱਲ੍ਹ ਵੀ ਜਿਹੜੀਆਂ ਕਾਲਜ ਹੋਣਗੀਆਂ ਰੂਟੀਨ 'ਚ ਜਿਹੜੀਆਂ ਆਉਣਗੀਆਂ, ਉਹਨਾਂ ਤੱਕ ਰਾਸ਼ਨ ਪੁੱਜਦਾ ਕੀਤਾ ਜਾਊਗਾ। ਔਰ ਬਹੁਤ ਜ਼ਿਆਦਾ ਸਾਥ ਦੀ ਲੋੜ ਹੈ, ਕਿਉਂਕਿ ਕੱਲ੍ਹ ਮੋਦੀ ਸਾਹਿਬ ਨੇ 21 ਦਿਨ ਲਈ ਬੰਦ ਕਰ ਦਿੱਤਾ, ਇਹਦੇ ਨਾਲ ਨਾਲ ਰਿਲੀਫ ਕੋਈ ਨਹੀਂ ਦਿੱਤੀ। ਹਾਂ, ਹੈਲਥ ਦੇ ਉੱਤੇ ਉਹਨਾਂ ਨੇ ਆਪਣੇ ਫੰਡ ਜ਼ਰੂਰ ਜਾਰੀ ਕੀਤੇ, ਲੋਕਾਂ ਕੋਲ ਰੋਟੀ ਨਹੀਂ ਹੈ। ਬਦਕਿਸਮਤੀ ਕੀ ਹੈ, ਸਾਡੇ ਪੰਜਾਬ ਦਾ ਇੱਕ ਚੇਅਰਮੈਨ, ਜਿਹੜੇ ਮੇਰੇ ਖਿਆਲ ਕਿਸੇ ਡਿਪਾਰਟਮੈਂਟ ਦੇ ਨੇ, ਉਹਨਾਂ ਕੋਲ ਸਾਰੇ ਏਰੀਏ ਦੇ ਗੋਦਾਮ ਹੋਣਗੇ, ਉਹ ਅੱਜ ਚੱਕੀ ਵਾਲਿਆਂ ਨੂੰ ਫੋਨ ਕਰਦੇ ਵੇਖੇ ਗਏ ਕਿ ਰਾਸ਼ਨ ਚਾਹੀਦਾ, ਆਟਾ ਚਾਹੀਦਾ, ਇਹ ਹਾਲਾਤ ਬਣੇ ਪਏ ਨੇ, ਸਰਕਾਰ ਨੂੰ ਗੋਦਾਮਾਂ ਦੇ ਮੂੰਹ ਖੋਲ੍ਹ ਦੇਣੇ ਚਾਹੀਦੇ ਨੇ, ਲੋਕਾਂ ਨੂੰ ਰਾਸ਼ਨ ਜਿਹੜਾ ਦੇਣਾ ਚਾਹੀਦਾ। ਹਾਂ, ਪ੍ਰਸ਼ਾਸਨ ਨੇ ਨੰਬਰ ਜਾਰੀ ਕੀਤੇ ਨੇ ਕਿ ਇਹਦੇ ਕੋਲ ਸਬਜ਼ੀ ਲੈ ਲਓ, ਇਹਦੇ ਕੋਲ ਦੁੱਧ ਲੈ ਲਓ, ਇਹਦੇ ਕੋਲ ਰਾਸ਼ਨ ਲੈ ਲਓ, ਪਰ ਮੁੱਲ ਜਿਨ੍ਹਾਂ ਦੀ ਦਿਹਾੜੀ ਨਹੀਂ ਲੱਗਦੀ, ਜਿਹੜੇ ਬੇਰੁਜ਼ਗਾਰ ਨੇ, ਜਿਨ੍ਹਾਂ ਕੋਲ ਰੋਟੀ ਨਹੀਂ ਹੈਗੀ, ਉਹਨਾਂ ਪੈਸੇ ਕਿੱਥੋਂ ਖਰਚਣੇ ਸੀ? ਮੈਂ ਹੋਰ ਇਹਦੇ ਵਿੱਚ ਹੈਰਾਨਗੀ ਦੀ ਗੱਲ ਦੱਸਾਂ ਅਤੇ ਬਸ਼ਰਮੀ ਦੀ, ਕਈ ਪੋਲੀਟੀਸ਼ੀਅਨ ਸਾਨੂੰ ਫੋਨ ਕਰ ਰਹੇ ਨੇ ਲਿਸਟਾਂ ਬਣਾ ਕੇ ਕਿ ਇੱਥੇ ਰਾਸ਼ਨ ਭੇਜ ਦਿਓ। ਮੈਂ ਉਹਨਾਂ ਨੂੰ ਸਖਤ ਲਫ਼ਜ਼ਾਂ 'ਚ ਤਾੜਨਾ ਕਰਦਾ, ਜਾਂ ਤਾਂ ਆਪ ਸੜਕਾਂ 'ਤੇ ਉਤਰੋ, ਨਹੀਂ ਤਾਂ ਸਾਨੂੰ ਲਿਸਟਾਂ ਨਾ ਭੇਜੋ, ਮੈਂ ਤੁਹਾਡੇ ਨਾਂ ਜਿਹੜੇ ਸਾਰੇ ਨਸ਼ਰ ਕਰ ਦੂੰਗਾ। ਹਾਂ, ਤੁਹਾਡੇ ਘਰ 'ਚ ਰਾਸ਼ਨ ਨਹੀਂ ਹੈਗਾ, ਤੁਸੀਂ ਇਮਾਨਦਾਰ ਹੋ, ਇਮਾਨਦਾਰੀ ਦੀ ਰੋਟੀ ਖਾਂਦੇ ਹੋ, ਅਤੇ ਤੁਹਾਡੇ ਘਰ 'ਚ ਮੈਂ ਰਾਸ਼ਨ ਜ਼ਰੂਰ ਪਹੁੰਚਾਊਂਗਾ, ਵੀ ਸੈਨੀਟਾਈਜ਼ ਕਰਕੇ ਪਹੁੰਚਾਊਂਗਾ, ਕਿਉਂਕਿ ਤੁਹਾਨੂੰ ਲੋਕਾਂ ਨੂੰ ਡਰ ਵੀ ਜ਼ਿਆਦਾ ਆਉਂਦਾ, ਤੁਹਾਨੂੰ ਮਰਨ ਦਾ ਖਤਰਾ ਵੀ ਜ਼ਿਆਦਾ। ਹਰ ਬੰਦਾ ਕਹਿ ਰਿਹਾ ਬਾਹਰ ਨਾ ਜਾਓ, ਹਰ ਗਰੀਬ ਅੱਜ ਸੜਕ 'ਤੇ ਸੀ, ਛੋਟੇ ਛੋਟੇ ਮਹੱਲੇ ਦੇ ਵਿੱਚ ਉਹਨੂੰ ਉਹਦੀ ਚਿੰਤਾ, ਉਹਨੇ ਬੱਚਿਆਂ ਦੀ ਚਿੰਤਾ, ਰੋਟੀ ਦੀ ਚਿੰਤਾ ਉਹਨੂੰ ਸੜਕਾਂ ਦੇ ਉੱਤੇ ਲੈ ਕੇ ਆਈ ਸੀ, ਕਿਤੋਂ ਕੋਈ ਹੱਲ ਨਹੀਂ ਲੱਭ ਰਿਹਾ। ਔਰ ਪੁਲਿਸ ਵਾਲੇ ਵੀ ਇਸ ਗੱਲ ਨੂੰ ਮਜਬੂਰੀ ਉਹਨਾਂ ਦੀ ਸਮਝਦੇ ਨੇ। ਤੁਸੀਂ ਕੀ ਸੋਚਦੇ ਹੋ, ਮੇਰੇ ਵੀ ਬੱਚੇ ਛੋਟੇ ਛੋਟੇ ਨੇ, 12-12 13-13 ਸਾਲਾਂ ਦੇ ਨੇ, ਮੇਰੇ ਅਤੇ ਮੇਰੇ ਪਰਿਵਾਰ ਦਾ ਕਿੰਨਾ ਕੁ ਪ੍ਰੈਸ਼ਰ ਹੋਊਗਾ? ਪਰ ਮੈਂ ਇੱਕ ਪ੍ਰਣ ਕੀਤਾ ਕਿ ਠੀਕ ਆ, ਜ਼ਿੰਦਗੀ ਦੇ ਵਿੱਚ ਮੌਤ ਇੱਕੋ ਵਾਰ ਆਉਣੀ ਹੈ ਨਾ,
पर कदी भी समाज दे विच जे को बुराइयां जां समाज दे विच लोड़ है उहदे तों मूँह नहीं मोड़ना। मेरे ते भी उन्ना प्रैशर है, मैं बहुत मतलब कताइयां कढ़दा रहा समाज दियां, मैं अज घर किदां बह सकदा। तुहानू भी सारिआं नू जिहड़ा बाहर आउणा चाहीदा, खास करके पॉलिटिशियन नू, जे तुसीं बाहर नहीं आउणा ते फिर की गल, सारे मतलब पंजाब दी पुलिस सड़कां ते है, हिंदुस्तान दी, सारे डाक्टर सड़कां दे उत्ते ने, सारे सफाई सेवक सड़कां दे उत्ते ने, की गल उहनां दे बच्चे नहीं हैगे, उहनां दे परिवारां दा दबाअ नहीं हैगा उहनां दे उत्ते कि नौकरियां छड्ड दो, ਉਹ ਵੀ ਲੋਕ ਸੇਵਾ ਕਰ ਰਹੇ ਨੇ। ਸੇਮ ਫਰਜ਼ ਤੁਹਾਡਾ ਬਣਦਾ ਸੀ, ਸਾਰੀ ਐਡਮਿਨਿਸਟ੍ਰੇਸ਼ਨ ਤੁਸੀਂ ਚਲਾਉਂਦੇ ਹੋ, ਤੁਹਾਡੇ ਹੱਥਾਂ 'ਚੋਂ ਚੱਲਦੀ ਆ, ਤੁਹਾਡੇ ਫੋਨਾਂ ਦੇ ਉੱਤੇ ਚੱਲਦੀ ਆ, ਤੁਸੀਂ ਵੀ ਸੜਕਾਂ 'ਤੇ ਆਓ, ਨਹੀਂ ਤਾਂ ਫਿਰ ਜੇ ਨਹੀਂ ਆਉਣਾ ਤਾਂ ਡਾਕਟਰਾਂ ਨੂੰ ਵੀ ਘਰ ਬਿਠਾ ਦਿਓ, ਸਫਾਈ ਸੇਵਕਾਂ ਨੂੰ ਵੀ ਘਰ ਬਿਠਾ ਦਿਓ, ਔਰ ਜਿਹੜੀ ਪੁਲਿਸ ਹੈ ਉਹਨਾਂ ਨੂੰ ਵੀ ਘਰ ਬਿਠਾ ਕੇ ਉਹਨਾਂ ਦੇ ਬੱਚਿਆਂ ਦੇ ਨਾਲ ਉਹਨਾਂ ਨੂੰ ਆਪਣਾ ਆਪਣਾ ਪਰਹੇਜ ਕਰਨ ਦਿਓ। ਉਹ ਸੜਕਾਂ 'ਤੇ ਕਿਉਂ ਮਰ ਰਹੇ ਆ? ਨਹੀਂ ਤਾਂ ਫਿਰ ਰਹਿਣ ਦਿਓ, ਸਾਰੇ ਜਣੇ ਘਰ ਬਹਿ ਜਾਓ, ਆਪੇ ਹੀ ਲੋਕ ਮਰ, ਆਪੇ ਕਰੋਨਾ ਵੀ ਮਰ ਜੂਗਾ ਅਤੇ ਜਿਹੜੇ ਲੋਕ ਨੇ ਉਹ ਭੁੱਖ ਨਾਲ ਵੀ ਮਰ ਜਾਣਗੇ। ਮੈਂ ਲੀਡਰਾਂ ਨੂੰ ਫਿਰ ਇਹ ਮੈਂ ਕਹਿੰਦਾ ਕਿ ਕਹਿੰਦੇ ਆ, ਅਪੀਲਾਂ ਕਰਦੇ ਆ, ਘਰ ਬੈਠੋ, ਅਸੀਂ ਵੀ ਬੈਠੇ ਹਾਂ, ਅਤੇ ਸੜਕਾਂ 'ਤੇ ਲੋਕਾਂ ਦੇ ਫਿਰ ਘਰਾਂ 'ਚ ਰਾਸ਼ਨ ਦੀ ਸਪਲਾਈ ਤਾਂ ਮੁਹੱਈਆ ਕਰਾਓ। ਲੋਕ ਭੁੱਖ ਨਾਲ ਮਰ ਰਹੇ ਨੇ। ਕਿਸੇ ਡਾਕਟਰ, ਕਿਸੇ ਪੁਲਿਸ ਵਾਲੇ ਨੂੰ, ਕਿਸੇ ਸਫਾਈ ਵਾਲੇ ਨੂੰ ਤੁਸੀਂ ਸੁਣਿਆ ਅਪੀਲ ਕਰਦੇ ਕਿ ਅਸੀਂ ਵੀ ਘਰ 'ਚ ਬੈਠੇ ਹਾਂ, ਤੁਸੀਂ ਵੀ ਬਹਿ ਜਾਓ? ਉਹ ਜੇ ਸੜਕਾਂ 'ਤੇ ਆ ਸਕਦੇ ਆ ਤਾਂ ਤੁਹਾਡੀ ਵੀ ਪੂਰੀ ਪੂਰੀ ਜ਼ਿੰਮੇਵਾਰੀ ਬਣਦੀ ਸੀ। ਔਰ ਪੁਲਿਸ ਵਾਲੇ ਮੁਲਾਜ਼ਮਾਂ ਦੀ ਟੈਨਸ਼ਨ ਅੱਜ ਤੁਹਾਨੂੰ ਮੈਂ ਦੱਸਣ ਲੱਗਾ, ਜਿਹੜੇ ਚੌਂਕਾਂ 'ਚ ਖਲੋਤੇ ਨੇ ਕਈ ਥਾਣੇਦਾਰ, ਕਈ ਇੰਸਪੈਕਟਰ, ਕਈ ਮੁਲਾਜ਼ਮ, ਜਿਨ੍ਹਾਂ ਸਾਨੂੰ ਇੱਥੋਂ ਤੱਕ ਕਿਹਾ ਕਿ ਸਾਡੇ ਕੋਲ ਵੀ ਸੈਨੇਟਾਈਜ਼ ਕਰਨ ਲਈ ਸੈਨੇਟਾਈਜ਼ਰ ਨਹੀਂ ਹੈਗਾ, ਕੰਮ ਸੇ ਕੰਮ ਉਹਨਾਂ ਨੂੰ ਤਾਂ ਮੁਹੱਈਆ ਕਰਾਓ। ਜੇ ਇਹ ਇਹਨਾਂ ਨੂੰ ਕੁਝ ਹੋ ਗਿਆ ਤਾਂ ਦੁਨੀਆ ਸਾਰੀ ਸੜਕਾਂ 'ਤੇ ਆ ਜਾਣੀ ਹੈ, ਤੁਹਾਡੇ ਘਰਾਂ ਤੱਕ ਪਹੁੰਚ ਜਾਣੀ ਹੈ। ਜੇ ਆਪਣੇ ਪਰਿਵਾਰਾਂ ਦਾ ਖਿਆਲ ਰੱਖਦੇ ਜੇ ਨਾ, ਤਾਂ ਇਹ ਲੋਕ ਜਿਹੜੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ, ਇਹਨਾਂ ਦਾ ਵੀ ਖਿਆਲ ਰੱਖੋ। ਜੇ ਸਾਰੇ ਘਰ ਬਹਿ ਗਏ, ਜੇ ਪੁਲਿਸ ਹੀ ਘਰ ਬਹਿ ਗਈ ਤਾਂ ਲੋਕਾਂ ਦਾ ਵਿਦਰੋਹ ਹੋ ਜਾਣਾ ਵਾ। ਹੋਰ ਦੋ ਚਾਰ ਦਿਨ 'ਚ ਵੇਖਿਓ, ਜਿਹਦੇ ਘਰ ਰੋਟੀ ਨਾ ਹੋਈ ਖੀਰ, ਉਹਨੇ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਾ ਵਾ। ਔਰ ਦੂਜੀ ਚੀਜ਼ ਮੈਂ ਲੋਕਾਂ ਨੂੰ ਅਪੀਲ ਕਰਨ ਲੱਗਾ, ਅੱਜ ਮੈਂ ਕੋਈ ਬਹੁਤੀ ਇਹਦੇ ਉੱਤੇ ਨਾ ਮੈਂ ਸਿਆਸਤ ਕਰਨਾ ਚਾਹੁੰਦਾ, ਫਿਲਹਾਲ ਇਹ ਸਮਾਂ ਸੇਵਾ ਦਾ ਸਮਾਂ, ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਸਮਾਂ। ਬਹੁਤ ਸਾਥ ਜਿਹੜਾ ਲੋਕਾਂ ਦਾ ਦੇਣ ਦੀ ਜ਼ਰੂਰਤ ਹੈ, ਲੋਕਾਂ ਨੂੰ ਅੱਗੇ ਆਉਣਾ ਚਾਹੀਦਾ। ਘਰ ਬੈਠ ਕੇ ਵੀ ਕਿਤੇ ਨਾ ਕਿਤੇ ਅਸੀਂ ਪੈਸੇ ਕਿਸੇ ਕੋਲ ਨਾ ਲੈਣੇ ਨਾ ਲਏ, ਪਰ ਸਾਡਾ ਅੱਜ ਦਾ ਕੰਮ ਵੇਖ ਕੇ ਬਹੁਤ ਜ਼ਿਆਦੀਆਂ ਸੰਸਥਾਵਾਂ ਅੱਗੇ ਆ ਰਹੀਆਂ ਨੇ, ਉਹਨਾਂ ਦੇ ਸਾਨੂੰ ਫੋਨ ਵੀ ਆਏ ਆ। ਮੈਂ ਧੰਨਵਾਦ ਕਰਦਾ ਕਿ ਯੂਥ ਫੋਰ ਗਲੋਬਲ ਪੀਸ ਐਂਡ ਟਰਾਂਸਫਰਮੇਸ਼ਨ YGPT ਦੇ ਸੁਖ ਅਮਰਤ ਸਿੰਘ ਮਾਲਕ ਨੇ, ਉਹਨਾਂ ਨੇ ਅੱਜ ਸਾਨੂੰ ਫੋਨ ਕਰਕੇ ਕਿਹਾ ਕਿ 550-600 ਬੈਗ ਅਸੀਂ ਜਿਹੜਾ ਤੁਹਾਨੂੰ ਦੇਣ ਨੂੰ ਤਿਆਰ ਹਾਂ। ਹੋਰ ਬਹੁਤ ਜ਼ਿਆਦਾ ਫੋਨ ਆਉਣ ਡਏ ਨੇ, ਮੈਂ ਦੱਸਾਂ ਤੁਹਾਨੂੰ ਦੂਰੋਂ ਦੂਰੋਂ, ਫਾਜ਼ਿਲਕਾ, ਰਾਜਸਥਾਨ, ਅਬੋਹਰ, ਹੁਸ਼ਿਆਰਪੁਰ, ਪਰ ਅਸੀਂ ਲੋਕਾਂ ਨੂੰ ਕਿਹਾ ਕਿ ਅਸੀਂ ਸਿਰਫ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਜਿਹੜਾ ਰਾਸ਼ਨ ਸਪਲਾਈ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਆ। ਮੈਂ ਜਿੱਥੇ ਜਿੱਥੇ ਵੀ ਲੋਕ ਸੁਣਦੇ ਨੇ ਉਹਨਾਂ ਨੂੰ ਮੈਂ ਕਹਿੰਦਾ, ਉੱਥੇ ਉੱਥੇ ਟੀਮਾਂ ਬਣਾਓ, ਪ੍ਰਸ਼ਾਸਨ ਕੋਲ ਪਰਮਿਸ਼ਨ ਲੈ ਕੇ ਲੋਕਾਂ ਦੇ ਘਰਾਂ 'ਚ ਰਾਸ਼ਨ ਸਪਲਾਈ ਕਰੋ, ਲੋਕਾਂ ਨੂੰ ਭੁੱਖ ਨਾਲ ਨਾ ਮਰਨ ਦਿਓ। ਇੱਕ ਇੱਥੇ ਫੋਨ ਅੰਮ੍ਰਿਤਸਰ ਨਾ ਕਰੀ ਜਾਓ, ਉੱਥੇ ਆਪ ਅੱਗੇ ਲੱਗੋ, ਲੋਕ ਤੁਹਾਡਾ ਸਾਥ ਵੀ ਦੇਣਗੇ, ਸਾਰੇ ਜਾਣੇ ਲੱਗਣਗੇ, ਅਤੇ ਇਹ ਜਿਹੜਾ ਕਰੋਨਾ ਦੇ ਨਾਲ ਨਾਲ ਭੁੱਖ ਨਾਲ ਵੀ ਲੜਿਆ ਜਾ ਸਕਦਾ। ਅੱਜ ਮੈਂ ਅਖੀਰ 'ਚ ਤੁਹਾਨੂੰ ਇਹ ਕਹਿਣ ਲੱਗਾ ਕਿ ਬਹੁਤ ਕਮੀਆਂ ਸਾਡੇ ਕੋਲ, ਅੱਜ ਪਹਿਲਾ ਦਿਨ ਸੀਗਾ, ਰਹਿ ਵੀ ਗਈਆਂ ਹੋਣਗੀਆਂ, ਕਿਉਂਕਿ ਟੀਮ ਅੱਜ ਛੋਟੀ ਸੀ, ਅਸੀਂ ਕੱਲ੍ਹ 2 ਨੰਬਰ ਜਾਰੀ ਕੀਤੇ ਸੀ। ਅੱਜ ਅਸੀਂ YGPT ਨੂੰ ਇੱਕ ਰਿਕੁਐਸਟ ਕੀਤੀ ਆ ਕਿ ਸਾਨੂੰ ਕਾਲ ਸੁਣਨ ਵਾਲੇ ਬੰਦੇ ਵੀ ਹੋਰ ਚਾਹੀਦੇ ਨੇ, ਔਰ ਦਿਨ ਤੋਂ ਹੀ ਡੇਲੀ ਜਿਹੜੀ ਹੋਮ ਡਿਲੀਵਰੀ ਹੈ ਸਕੂਟਰ ਮੋਟਰਸਾਈਕਲ ਦੇ ਉੱਤੇ, ਉਹ ਵੀ ਸਪਲਾਈ ਕਰਨ ਵਾਲੇ ਲੋਕ ਚਾਹੀਦੇ ਨੇ। ਉਹਨਾਂ ਸਾਨੂੰ ਹਾਮੀ ਭਰੀ ਆ ਕਿ ਕੱਲ੍ਹ ਤੁਹਾਨੂੰ ਉਹ ਟੀਮ ਜਿਹੜੀ ਪੂਰੀ ਮਿਲ ਜੂਗੀ। ਕੱਲ੍ਹ 2 ਨੰਬਰਾਂ ਤੋਂ ਲੈਦਾ ਅਸੀਂ 3-4 ਨੰਬਰ ਹੋਰ ਜਾਰੀ ਕਰਾਂਗੇ। ਮੇਰੀ ਰਿਕੁਐਸਟ ਹੈ ਕਿ ਕਿਤੇ ਗੁੱਸਾ ਨਾ ਕਰੋ, ਇੱਕ ਨੰਬਰ ਨਹੀਂ ਮਿਲਦਾ ਦੂਜੇ 'ਤੇ ਕਰ ਲਓ, ਦੂਜਾ ਨਹੀਂ ਮਿਲਦਾ ਤੀਜੇ 'ਤੇ ਕਰ ਲਓ। ਸਾਨੂੰ ਜਿਹੜਾ ਵੀ ਤੁਹਾਡਾ ਫੋਨ ਆਊਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼ਾਮ ਤੱਕ ਰਾਸ਼ਨ ਤੁਹਾਡੇ ਘਰ ਪੁੱਜਦਾ ਕੀਤਾ ਜਾਵੇ। ਔਰ ਬੇਨਤੀ ਹੈ ਕਿ 3 ਵਜੇ ਤੱਕ ਸਾਨੂੰ ਲਿਖਾ ਦਿੱਤਾ ਜਾਵੇ, ਕਿਉਂਕਿ ਉਸ ਤੋਂ ਬਾਅਦ ਵੰਡਣਾ ਵੀ ਹੈ, ਲੱਦਣਾ ਵੀ ਹੈ ਸਮਾਨ, ਕਿਤੇ ਨਾ ਕਿਤੇ ਤੁਹਾਡੇ ਸਹਿਯੋਗ ਦੀ ਲੋੜ ਹੈ। ਮੈਂ ਸ਼ਹਿਰ ਦੇ ਵਿੱਚ ਜਿੰਨੇ ਵੀ ਕਰਿਆਨਾ ਸਟੋਰ ਨੇ, ਵੱਡੇ ਜਿਹੜੇ ਡੀਲਰ ਨੇ, ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਹਾਨੂੰ ਪੈਸੇ ਦੇ ਕੇ ਸਮਾਨ ਲੈਣਾ ਹੁੰਦਾ, ਜਿੱਥੇ ਕਿਤੇ ਲੋੜ ਹੈ ਆਪੋ ਆਪਣੇ ਨੰਬਰ ਸਾਨੂੰ ਜ਼ਰੂਰ ਭੇਜੋ, ਪੁਲਿਸ ਦੀ ਪਰਮਿਸ਼ਨ ਨਾਲ, SHO ਨੂੰ ਨਾਲ ਲੈ ਕੇ, ਕਮਿਸ਼ਨਰ ਸਾਹਿਬ ਨੂੰ ਕਹਿ ਕੇ ਤੁਹਾਡੀ ਦੁਕਾਨ 'ਚੋਂ ਸਮਾਨ ਜਿਹੜਾ ਸੇਵਾ ਲਈ ਉਹ ਕਢਾ ਲਿਆ ਜਾਊਗਾ। ਹਰ ਤਰ੍ਹਾਂ ਦਾ ਸਾਥ ਜਿਹੜਾ ਚਾਹੀਦਾ ਉਹ ਲੋਕਾਂ ਕੋਲੋਂ ਮੈਂ ਝੋਲੀ ਅੱਡ ਕੇ ਮੰਗਦਾ। ਔਰ ਮੈਂ ਫਿਰ ਕਹਿੰਦਾ ਕਿ ਠੀਕ ਹੈ, ਸਾਰੀ ਦੁਨੀਆ ਨੂੰ ਡਰ ਲੱਗਦਾ ਕਿ ਬਾਹਰ ਨਹੀਂ ਨਿਕਲਣਾ, ਮੇਰੇ ਮਨ 'ਤੇ ਵੀ ਕਿਤੇ ਨਾ ਕਿਤੇ ਦਬਾਅ ਹੈ, ਮੈਂ ਵੀ ਜੀਣਾ ਚਾਹੁੰਦਾ, ਸਾਰੀ ਦੁਨੀਆ ਜੀਣਾ ਚਾਹੁੰਦੀ ਹੈ, ਪਰ ਜੇ ਮੈਂ ਵੱਡੀਆਂ ਵੱਡੀਆਂ ਡੀਂਗਾਂ ਲੋਕਾਂ ਨਾਲ ਮਾਰਦਾ ਰਿਹਾ ਕਿ ਲੋਕਾਂ ਲਈ ਮੈਂ ਲੜਨਾ, ਲੋਕਾਂ ਨਾਲ ਮਰਨਾ, ਜੇ ਸਾਹ ਲੋਕਾਂ ਲਈ ਚਲੇ ਵੀ ਗਏ ਤਾਂ ਮੈਨੂੰ ਕਿਸੇ ਗੱਲ ਦਾ ਗਰੇਜ਼ ਨਹੀਂ ਗਾ। ਮੈਂ ਬੜਾ
ਤੁਹਾਡਾ ਮਤਲਬ ਮਰਨ ਲੱਗਿਆ ਵੀ ਫਖਰ ਮਹਿਸੂਸ ਕਰੂੰਗਾ। ਮੈਂ ਅਖੀਰ 'ਚ ਲੋਕਾਂ ਨੂੰ ਅਪੀਲ ਕਰਨ ਲੱਗਾ, ਮੈਂ ਕਹਿਣ ਲੱਗਾ ਉਹਨਾਂ ਲਈ ਦੋ ਸ਼ਬਦ ਜਿਹੜੇ ਜਿਹੜੇ ਲੋਕ ਸਾਡਾ ਸਾਥ ਦੇ ਰਹੇ ਆ ਔਰ ਜਿੱਥੇ ਜਿੱਥੇ ਅਸੀਂ ਰਾਸ਼ਨ ਪਹੁੰਚਾ ਰਹੇ ਹਾਂ ਕਿ ਤੁਹਾਡੇ ਲਈ ਕੁਛ ਵੀ ਕਰਨਾ ਪਿਆ ਅਤੇ ਜ਼ਿੰਦਗੀ ਮੌਤ ਤੁਹਾਡੇ ਲਈ ਹੈ ਕਿ ਮੈਂ ਜਨਮ ਜਨਮ ਤੋਂ ਤੁਹਾਡਾ ਹਾਂ, ਮੈਨੂੰ ਗੈਰਾਂ ਦੇ ਵਿੱਚ ਰੱਖੋ ਭਾਵੇਂ ਤੁਸੀਂ ਮੇਰੇ ਲਈ ਅੰਮ੍ਰਿਤ ਦੀ ਬੂੰਦ ਜਾਏ, ਮੈਨੂੰ ਜ਼ਹਿਰਾਂ ਦੇ ਵਿੱਚ ਰੱਖੋ ਭਾਵੇਂ ਮੈਂ ਮੁਰਸ਼ਦ ਤੁਹਾਨੂੰ ਮੰਨਿਆ, ਮੈਨੂੰ ਖੈਰਾਂ ਦੇ ਵਿੱਚ ਰੱਖੋ ਭਾਵੇਂ, ਬਸ ਰੁਤਬਾ ਦੇ ਦਿਓ ਝਾਂਜਰ ਦਾ ਫਿਰ ਪੈਰਾਂ ਦੇ ਵਿੱਚ ਰੱਖੋ ਭਾਵੇਂ।